ਮੈਂ ਕਦੇ ਸਿਆਸਤ 'ਚ ਨਹੀਂ ਆਉਂਦਾ। ਕਈ ਬੰਦੇ ਕਹਿੰਦੇ ਨੰਬਰ 2 ਮੇਰਾ ਕੋਈ ਆਪਦਾ ਪੇਜ ਨਹੀਂ ਬਣਿਆ ਹੋਇਆ। ਸਰਕਾਰ ਦਾ, ਸਰਕਾਰ ਜੇ ਨਸ਼ਾ ਖਤਮ ਕਰਦਾ ਸਰਕਾਰ ਕੋਲ ਵੋਟਾਂ ਕਾਹਦੇ ਸਿਰ 'ਤੇ ਮੰਗਣਗੇ? ਆਪਣੇ ਮੈਨੂਫੈਸਟੋ ਕੀ ਆ, ਪਹਿਲਾਂ ਨਸ਼ਾ ਖਤਮ ਕਰਾਂਗੇ, ਸੋਹਾਂ ਕਹਿੰਦੇ ਵੋਟਾਂ ਮਿਲਦੀਆਂ। ਕੱਲ੍ਹ ਮੈਂ ਵੀਡੀਓ ਪਾਈ ਅੱਜ ਇਹ ਪੁਲਸੀ ਦਾ ਬਲੈਕ ਕਰਨ ਲੱਗ ਗਈ ਜੀ। ਆਹ ਇੰਦਰ ਰਾਜ ਕੌਣ ਹੈ, ਇੰਦਰਵੀਰ ਕੌਣ ਹੈ, ਇੰਦਰਜੀਤ ਕੌਣ ਹੈ, ਡਾਂਗ ਫਿਰ ਮੈਨੂੰ ਫੜਾਓ, ਮੈਂ ਇਹਨਾਂ ਤੋਂ ਸਾਰਾ ਭੇਤ ਕਲਾ ਦੂੰ। ਉਹਨਾਂ ਨੇ ਤਾਂ ਮੇਰੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰੀ, ਮੈਨੂੰ ਅੰਦਰ ਬੰਦ ਕਰਤਾ। ਗੱਲ ਕਰ ਬਾਈ, ਹੁਣ ਤੁਸੀਂ ਦੇਖ ਲਓ ਆਵਾਜ਼ ਦਬੀ ਹੈ ਕਿ ਨਹੀਂ। ਸਾਡੇ ਪਿੱਛੇ ਇਹਨਾਂ ਨੇ ਧਰਨੇ ਲਾਏ ਨੇ ਸਾਡੀ ਜਥੇਬੰਦੀ 'ਚ, ਬਾਹਰ ਜਥੇਬੰਦੀਆਂ 'ਚ, ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀਆਂ ਬਾਹਰ ਜਥੇਬੰਦੀਆਂ ਨੇ, ਉਹਨਾਂ 'ਚ ਮਾਨ ਦਲ ਵੀ ਇੱਕ ਹੈ। ਅੰਕਲ ਨੂੰ ਬੁਲਾ ਨਾਲ ਇੱਧਰ ਕਿਸੇ, ਇਹ ਮੇਰੀ ਗੱਡੀ ਜਦੋਂ ਮੈਨੂੰ ਘਰੋਂ ਪੁਲਿਸ ਚੱਕਦੀ ਹੈ ਗੱਡੀ ਦੇ ਅੱਗੇ ਲੇਟਦੇ ਨੇ, ਇਹੀ ਇਹ ਬਾਹਰ ਜਥੇਬੰਦੀਆਂ ਸੰਯੁਕਤ ਬਣੀਆਂ ਨੇ, ਵਿੱਚ ਹੀ ਉਹਦੇ ਕਮਿਊਨਿਸਟ ਨੇ, ਵਿੱਚ ਹੀ ਉਹਦੇ ਹਿੰਦੂ ਜਥੇਬੰਦੀਆਂ ਨੇ, ਵਿੱਚ ਉਹਦੇ ਸਿੱਖ, ਸਾਰੀਆਂ ਸਮੂਹ ਜਥੇਬੰਦੀਆਂ ਦਾ ਏਕਾ ਕਰਿਆ। ਜਦੋਂ ਹੁਣ ਮੇਰੇ ਪਿੱਛੇ ਸਟੇਜ 'ਤੇ ਬੋਲ ਕੇ ਨੇ, ਮੈਨੂੰ ਵੀ ਤਾਂ ਆਉਣ ਦਾ ਫਰਜ਼ ਹੈ, ਮੈਂ ਖੁਦ ਸਿੱਖ ਵੀ ਹਾਂ, ਤਾਂ ਮੈਂ ਅੱਜ ਉਹਦੇ ਬੋਲਣ ਆਇਆ। ਅੱਜ ਸਾਡਾ ਜਮਹੂਰਤ ਡੇ 'ਤੇ ਸਾਡੇ ਗੁਰੂ ਗ੍ਰੰਥ ਸਾਹਿਬ ਦਾ 228 ਸਰੂਪਾਂ ਦਾ ਉਹਦੇ ਖਿਲਾਫ ਧਰਨਾ ਇਹ, ਤਾਂ ਅੱਜ ਬੋਲਣਾ। ਕੀ ਲੱਗਦਾ ਕਿ ਨਸ਼ੇ ਨੂੰ ਲੈ ਕੇ ਤੁਸੀਂ ਆਵਾਜ਼ ਚੁੱਕਦੇ ਹੋ, ਲੇਕਿਨ ਜਮਹੂਰੀਅਤ ਦੀ ਅੱਜ ਵੀ ਆਵਾਜ਼ ਚੁੱਕੀ ਜਾ ਰਹੀ, ਲੇਕਿਨ ਲੱਗਦਾ ਪੰਜਾਬ 'ਚ ਜਮਹੂਰੀਅਤ ਨਾਂ ਦੀ ਕੋਈ ਚੀਜ਼ ਹੈ, ਨਜ਼ਰ ਆ ਰਹੀ ਹੈ? ਤੁਸੀਂ ਖੁਦ ਦੇਖੋ, ਜਦੋਂ ਮੈਨੂੰ ਚੱਕਿਆਗਾ, ਮੇਰੇ ਕੇਸ ਪੱਟੇ ਨੇ, ਤੁਹਾਡੇ ਅੱਧੇ ਪੱਤਰਕਾਰਾਂ ਨੇ, ਅੱਧੇ ਚੈਨਿਊ ਚੈਨਲ ਨੇ ਮੇਰੀ ਖਬਰ ਨਹੀਂ ਚਲਾਈ, ਤੁਹਾਡੇ ਜੋ ਸਰਕਾਰੀ ਚੈਨਲ ਹੋਣਗੇ, ਮੈਂ ਗਲਤ ਨਹੀਂ ਬੋਲਦਾ, ਰੁੱਖਾਂ ਨਹੀਂ ਬੋਲਦਾ, ਤੁਹਾਡੇ ਸਰਕਾਰੀ ਚੈਨਲ ਬਕਿਆਊ ਨੇ, ਇਹ ਕੱਟੇ ਹੋਣਾ ਗੱਲ ਸਰਕਾਰੀ 'ਚ, ਮੇਰੇ ਲੋਕਲ ਮੁੰਡੇ ਨੇ ਲੋਕਲ ਮੁੰਡਿਆਂ ਨੇ, ਮੇਰੇ ਆਪਦਿਆਂ ਨੇ 7-8 ਨੇ ਚੈਨਲ ਖਬਰਾਂ ਚਲਾਈਆਂ। ਗੱਲ ਕਰ ਬਾਈ, ਤੁਸੀਂ ਤਾਂ ਇੱਕ ਆਮ ਇਨਸਾਨ ਹੋ ਨਾ, ਤੁਸੀਂ ਤਾਂ ਸੱਚ ਜਾਣਦੇ, ਤੁਹਾਡੇ ਮਾਂ ਪਿਓ ਵੀ ਹੈਗੇ, ਤੁਸੀਂ ਸੱਚੀ ਖਬਰ ਦਿਖਾਇਆ ਕਰੋ ਯਾਰ, ਤੁਸੀਂ ਕਿਸੇ ਨੇ ਖਬਰ ਚਲਾਈ ਮੈਨੂੰ ਐਂ ਦੱਸੋ ਸਰਕਾਰੀ ਚੈਨਲ ਨਾਲ ਜਾਂਦੇ। ਲੇਕਿਨ ਤੁਹਾਡੇ ਵੱਲੋਂ ਜਿਹੜੀ ਆਵਾਜ਼ ਲਗਾਤਾਰ ਚੁੱਕੀ ਜਾ ਰਹੀ ਨਸ਼ੇ ਨੂੰ ਲੈ ਕੇ, ਕੀ ਇੱਦਾਂ ਹੀ ਫਿਰ ਨਿਰੰਤਰ ਜਾਰੀ ਰਹੇਗੀ? ਪਹਿਲਾਂ ਮੇਰੀ ਗੱਲ ਦਾ ਜਵਾਬ, ਤੁਸੀਂ ਕਿਸੇ ਨੇ ਆਵਾਜ਼ ਮੇਰੇ ਹੱਕ 'ਚ ਬੁਲੰਦ ਕਰੀ? ਅੱਛਾ, ਕਈਆਂ ਨਿਊਜ਼ ਹਾਂ, ਮੈਂ ਤੁਹਾਡਾ ਧੰਨਵਾਦ ਹੈ, ਤੁਸੀਂ ਆਵਾਜ਼ ਚੁੱਕਿਆ ਕਰੋ ਵੀਰੇ, ਕਿਉਂਕਿ ਆਪਣੇ ਵੀ ਬੱਚੇ ਨੇ, ਤੁਹਾਡੇ ਹੀ ਬੱਚੇ ਨੇ, ਆਪਣੇ ਹੀ ਬੱਚੇ ਨਸ਼ਾ ਕਰਦੇ ਨੇ, ਆਪਾਂ ਆਵਾਜ਼ ਐਂ ਬੁਲੰਦ ਕਰਾਂਗੇ, ਐਂ ਚੱਕਾਂਗੇ। ਗੱਲ ਕਰ, ਮੈਨੂੰ ਤੁਹਾਡੇ ਸਭ ਦੀ ਸਾਥ ਦੀ ਲੋੜ ਹੋ, ਮੈਂ ਇਕੱਲਾ ਕੁਛ ਬਾਂਸ ਨਹੀਂ ਪੱਟ ਸਕਦਾ, ਮੈਨੂੰ ਤੁਹਾਡੇ ਸਾਥ ਦੀ ਲੋੜ ਆ ਆਮ ਲੋਕਾਂ ਦੀ, ਜਿਹੜੇ ਆਮ ਲੋਕ ਨੇ, ਕਿਉਂਕਿ ਹੁਣ ਮੈਂ ਅੰਮ੍ਰਿਤਸਰ, ਉਹਦੇ ਮਾਨਸਾ ਤੋਂ ਅੰਮ੍ਰਿਤਸਰ ਤਾਂ ਨਹੀਂ ਸਕਦਾ, ਇੱਥੋਂ ਦੇ ਲੋਕ ਉੱਠਣ, ਲੋਕ ਖੜਨ। ਗੱਲ ਕਰੋ, ਸਰਕਾਰੀ ਪਾਰਟੀਆਂ, ਸਰਕਾਰੀ ਜਿਹੜੇ ਵਿੱਚ ਘੁਸਪੈਠ ਕਰ ਦਿੰਦੇ ਪੁਲਿਸ ਵਾਲੇ, ਸਰਕਾਰ ਉਹ ਕਮੇਟੀਆਂ ਦੇ ਵਿੱਚ ਘੁਸਪੈਠ ਕਰਕੇ ਆਪਦੀਆਂ ਕਮੇਟੀਆਂ ਬਣਾ ਰਹੇ ਨੇ, ਅਤੇ ਉਹ ਲੜਾਈ ਕਰਵਾ ਰਹੇ ਨੇ, ਦੰਗੇ ਕਰਵਾ ਰਹੇ ਨੇ, ਗਲਤ ਗਾਈਡ ਕਰ ਰਹੇ ਨੇ। ਆਪਾਂ ਲੜਨ ਦਾ ਹੈ ਨਹੀਂ, ਆਪਾਂ ਕਿਸੇ ਨਸ਼ੇੜ ਨੂੰ ਦੰਗ ਨਹੀਂ ਕਰਨਾ, ਆਪਾਂ ਤਾਂ ਜਿਹੜਾ ਬਲੈਕ ਕਰਦਾ ਉਹਦੇ ਨਾਲ ਜੋ ਕਰਨਾ ਉਹਦੇ ਨਾਲ ਕਰਨਾ। ਉਹਨਾਂ ਨੇ ਤਾਂ ਮੇਰੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰੀ, ਮੈਨੂੰ ਅੰਦਰ ਬੰਦ ਕਰਤਾ। ਗੱਲ ਕਰ ਬਾਈ, ਹੁਣ ਤੁਸੀਂ ਦੇਖ ਲਓ ਆਵਾਜ਼ ਦਬੀ ਹੈ ਕਿ ਨਹੀਂ, ਤੁਹਾਡੇ ਵਰਗੇ ਭਾਈਆਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਜਾਗਦੀ ਆਉਂਦੀ ਹੈ। ਤਿਆਰੀ ਬਾਈ, ਮਨ ਤਾਂ ਕੱਲ੍ਹ ਨੂੰ ਤੁਸੀਂ ਬੁਲਾਓ, ਮੈਂ ਤਾਂ ਉੱਥੇ ਸਪੀਚ ਦੇਣਾ, ਮੇਰਾ ਕੰਮ ਤਾਂ ਸਪੀਚ ਦੇਣਾ, ਮੈਂ ਤਾਂ ਨਸ਼ੇ ਖਿਲਾਫ ਬੁਲੰਦ ਕਰਦੀ ਹਾਂ ਆਵਾਜ਼, ਜਿੰਨੀ ਆਵਾਜ਼ ਨਸ਼ੇ ਖਿਲਾਫ, ਜਿੱਥੋਂ ਮੈਨੂੰ ਪਤਾ ਹੈਗਾ ਵੀ ਇਹ ਲੋਕ ਬੇਰੀਅਰ ਨੇ, ਯੋਧੇ ਨੇ, ਚਾਹੇ ਕੋਈ ਵੀ ਨੇ, ਮੈਂ ਤਾਂ ਉਹਨਾਂ ਨਾਲ ਲੈ ਕੇ ਤੁਰਨਾ, ਕਿਉਂ ਮੈਂ ਇਕੱਲਾ ਤਾਂ ਹੁਣ ਕੱਤ ਕਰ ਨਹੀਂ ਸਕਦਾ ਵੀਰੇ ਯਾਰ, ਹੁਣ ਸਾਰੇ ਵੀਰਾਂ ਦਾ, ਸਾਰੇ ਧਰਮਾਂ ਦਾ, ਕੋਈ ਹਿੰਦੂ ਹੈ, ਕੋਈ ਮੁਸਲਿਮ ਹੈ, ਕੋਈ ਸਿੱਖ ਹੈ, ਮੈਨੂੰ ਸਹਿਯੋਗ ਦੀ ਲੋੜ ਹੈ, ਹੱਥ ਬੰਨ ਕੇ ਲੋੜ ਹੈ, ਚਾਹੇ ਮੈਨੂੰ ਕੋਈ ਕਿਤੇ ਬੁਲਾਊ, ਮੈਂ ਉੱਥੇ ਜਾਊਂ, ਸਾਨੂੰ ਤਾਂ ਲੋੜ ਆ। ਅੱਛਾ, ਇੱਕ ਸਵਾਲ ਜਵਾਬ ਨੂੰ ਮੈਂ ਹੋਰ ਦਿੰਦਾ, ਮੈਂ ਕਦੇ ਸਿਆਸਤ 'ਚ ਨਹੀਂ ਆਉਂਦਾ, ਕਈ ਬੰਦੇ ਕਹਿੰਦੇ ਨੰਬਰ 2 ਮੇਰਾ ਕੋਈ ਆਪਦਾ ਪੇਜ ਨਹੀਂ ਬਣਿਆ ਹੋਇਆ, ਜਿੱਥੇ ਮੈਨੂੰ ਕੋਈ ਪੈਸਾ ਮੈਂ ਬਣਾਈ ਨਹੀਂ ਜਾਣ ਬੁੱਝ ਕੇ, ਕਿਉਂ ਮੇਰਾ ਅੱਜ ਤੱਕ ਜ਼ਿੰਦਗੀ 'ਚ ਕੋਈ ਅਕਾਊਂਟ ਹੀ ਨਹੀਂ ਹੈ, ਦੋ ਗੱਲਾਂ ਹੁਣ ਵੀ ਮੈਂ ਤੁਹਾਡੇ ਸਾਹਮਣੇ ਐਂ ਫਿਰਦਾ, ਐਂ ਅੰਦਰ ਗਿਆ ਸੀ, ਐਂ ਰਹਿਣਾ ਹੈ। ਸੋ ਧੰਨਵਾਦ ਤੁਹਾਡਾ। ਸਰਕਾਰ ਜਿਹੜੀ ਸੀਗੀ ਕਹਿੰਦੀ ਸੀ ਨਸ਼ਾ ਖਤਮ ਕੀਤਾ ਜਾਊਗਾ, ਲੱਗਦਾ ਕਿ ਸਾਥ ਦੇਣਾ ਚਾਹੀਦਾ ਤੁਹਾਡੇ ਵਰਗੇ ਨੌਜਵਾਨਾਂ ਦਾ? ਸਰਕਾਰ ਦਾ, ਸਰਕਾਰ ਜੇ ਨਸ਼ਾ ਖਤਮ ਕਰਦਾ ਸਰਕਾਰ ਕੋਲ ਵੋਟਾਂ ਕਾਹਦੇ ਸਿਰ 'ਤੇ ਮੰਗਣਗੇ? ਆਪਣੇ ਮੈਨੂਫੈਸਟੋ ਕੀ ਆ, ਪਹਿਲਾਂ ਨਸ਼ਾ ਖਤਮ ਕਰਾਂਗੇ, ਸੋਹਾਂ ਕਹਿੰਦੇ ਵੋਟਾਂ ਮਿਲਦੀਆਂ। ਜਿਹਨੇ ਨਸ਼ਾ ਖਤਮ ਕਰਦਾ ਉਹਨੂੰ ਸਾਊਥ ਵਾਂਗੂ ਦਿਖਾਉਣਾ, ਤੁਸੀਂ ਮੈਡੀਕਲ ਕਾਲਜ ਖੋਲ੍ਹੇ, ਅਸੀਂ ਆਹ ਖੋਲ੍ਹਿਆ, ਅਸੀਂ ਬੋ ਖੋਲ੍ਹਿਆ, ਇਹ ਤਾਂ ਨਸ਼ਾ ਖਤਮ ਨਹੀਂ ਕਰਦੇ, ਵਧਾਉਣਗੇ। ਤੁਸੀਂ ਜਵਾਬ ਦਿਓ, ਖੁਦ ਪੱਤਰਕਾਰ ਹੋ, ਮੈਂ ਨਹੀਂ ਕਹਿੰਦਾ। ਅੱਜ ਸੁਬਾਹ ਸੁਬਾਹ 2 ਕਿਲੋ ਨਾਲ ਚਿੱਟੇ ਵਾਲੀ ਖਰ ਪੜੀ ਆ ਪੁਲਿਸ ਵਾਲੇ ਲੈ ਕੇ ਆ ਰਹੇ, ਕੱਲ੍ਹ ਮੈਂ ਵੀਡੀਓ ਪਾਈ ਅੱਜ ਇਹ ਪੁਲਿਸੀ ਦਾ ਬਲੈਕ ਕਰਨ ਲੱਗ ਗਈ ਜੀ। ਆਹ ਇੰਦਰ ਰਾਜ ਕੌਣ ਹੈ, ਇੰਦਰਵੀਰ ਕੌਣ ਹੈ, ਇੰਦਰਜੀਤ ਕੌਣ ਹੈ, ਹੈਰਾਜੀਤ ਕੌਣ ਹੈ, ਇਹਨਾਂ ਤੋਂ ਡਾਂਗ ਫਿਰ ਮੈਨੂੰ ਫੜਾਓ, ਮੈਂ ਇਹਨਾਂ ਤੋਂ ਸਾਰਾ ਭੇਤ ਖਿਲਾ ਦੂੰ ਵੀ ਕਿਹੜੇ ਕਿਹੜੇ ਅਫਸਰ ਵਿੱਚ ਮਿਲੇ ਹੋਏ ਨੇ ਇਹਦੇ। ਠੀਕ ਹੈ ਜੀ, ਹੁਣ ਮੈਨੂੰ ਅੱਗੇ ਟਾਈਮ ਹੈ, ਸੋ ਵਾਹਿਗੁਰੂ ਖਾਲਸਾ।